मैंने आंटी से पूछा ये क्या है, आंटी कहती उंगलोज। मैंने पूछा फिर आंटी ये क्या, कहती विचलोज उंगलोज। मैंने पूछा अंकल ये क्या, कहती चपलोज। कैनी इंग्लिश, इतनी इंग्लिश तो मुझे आती नहीं है। तो क्यों बोल, मैंने तो एक और डिश भी बनाई थी। की वो ना सिंग वाला शवारमा। केड़ा शवारमा? सिंग वाला। टकरा मारदा जिंगर हुंदा जिंगर शवारमा, सिंग वाला मैं खिलार के शवारमा आ रहा मेरे लेने करके। हाँ ना, बहुत अच्छे। तू साग ही बनाया कर जो तुसी पकांदे हो पिंड च। नहीं मुझे वो भी नहीं बनाना। अपने सोरे गया मैनू इन्ना साग खवाया मेरी धुनी हरी होगी। बड़ी लिखी बंदा काम से जाए छत जाके आवाज मार दी शाहिद अगला मुड़ के वेखदा इशारे कर दी मैं काम से गया छत जाके गंजे मैं मुड़ के वेखे तेरे कहती रात न अपनी गल्लां करदा मजा आंदा। पहली रात मैं क्या, मैं क्या जान की दिल कर रहा, कहिंदी चिड़ी उड़ी कांडा खेडी फिर चिड़ी बनी मैं कां बनिया फिर असीं रल के खिचड़ी पकाई ਇਹ ਚੌਲ ਲੈ ਕੇ ਆਈ ਮੈਂ ਘਿਓ ਲੈ ਕੇ ਆਇਆ ਮੇਰੇ ਕੋਲ ਘਿਓ ਜ਼ਿਆਦਾ ਪੈ ਗਿਆ ਫਿਰ ਚਿੜੀ ਵੀ ਤਿਲਕਦੀ ਫਿਰੇ ਤੇ ਕਾਂ ਵੀ ਤਿਲਕਦਾ ਫਿਰ ਫਿਰ ਤੂੰ ਹੋਇਆ ਬੋਲੀ ਕਦੋਂ ਤਾਂ ਬੋਲ ਰਿਹਾ ਮੈਨੂੰ ਨਹੀਂ ਲੱਗਾ ਮੈਂ ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਡਾਇਰੈਕਟਰ ਬਣ ਗਿਆ ਹੁਣ ਗੱਡੀਆਂ ਹੁਣ ਮੈਂ ਜਾ ਕੇ ਇੰਡੀਆ 'ਚ ਫਿਲਮਾਂ ਬਣਾਉਣੀਆਂ ਪਾਕਿਸਤਾਨੀ ਫਿਲਮਾਂ 'ਚ ਮੈਨੂੰ ਐਲਰਜੀ ਬਹੁਤ ਹੈ ਇਮਰਾਨ ਹਾਸ਼ਮੀ ਮੇਰਾ ਉਸਤਾਦ ਮੈਂ ਉਹਦਾ ਫੈਨ ਹਾਂ ਕੀ ਗਾਣੇ ਨੇ ਉਹਦੇ ਭੀਗੇ ਹੋਂਸ ਤੇਰੇ ਇੱਥੇ ਪਤਾ ਹੀ ਨਹੀਂ ਹੀਰਵਨ ਵੀ ਵੇ ਮੋਲਿਆ ਗੁਮੋਲਾ ਵੀ ਹਾ ਮੋਹ ਉਸੇ ਰਾਮ ਮਾਂ ਮਾਂ ਮੁਝੇ ਬਤਾ ਦੋ ਮੇਰਾ ਬਾਪ ਕੌਣ ਹੈ ਮਾਂ ਅਗਲੇ ਪਹਿਲੇ ਭੈਣ ਪੰਜੀਰੀ ਖਵਾਣੀ ਸੀ ਨਹੀਂ ਚਲਾਣੀ ਗੱਡੀ ਮੈਂ ਅੱਲਾ ਤੁਹਾਡੀ ਖੈਰ ਕਰੇ ਮੈਂ
ਅੱਗੇ ਮੇਰੀ ਗੱਡੀ ਅਜੀਬ ਜੀ ਮੇਰੇ ਪੱਲੇ ਪਈ, ਤੈਨੂੰ ਅੰਮੀ ਦੀ ਪਈ ਹੈ, ਇਹਨੇ ਰੋਲਾ ਪਾਇਆ ਘਰ ਚ, ਕੀ ਹੋਇਆ? ਫੜ ਮਾਸਟਰ ਦੇਗੀ ਐ, ਕੀ ਗੱਲ? ਮੈਂ ਨੀ ਚਲਾਉਂਦਾ ਗੱਡੀ, ਵਜਾ ਗੱਡੀ ਦਿੱਤੀ ਹੋ, ਕੀ ਹੋਇਆ? ਗਰਮ ਹੋਈ ਪਈ, ਕਿਉਂ ਗਰਮ ਹੋਈ? ਮੈਨੂੰ ਕੀ ਪਤਾ, ਪੁੱਛ ਉਹਦੇ ਕੋਲ, ਪੁੱਛ ਕੀ ਮੁਸਾ, ਤੂੰ ਚਲਾਉਂਦਾ ਉਹਨੂੰ? ਮੈਂ ਤਾਂ ਚਲਾਉਂਦਾ, ਹਾਂ ਗਰਮ ਹੋਈ ਪਈ, ਉਹ ਕਿਸ ਵਜ੍ਹਾ ਤੋਂ ਗਰਮ ਹੋਈ? ਰੇਸਾਂ ਜ਼ਿਆਦਾ ਦਿੱਤੀਆਂ ਹੋਣਗੀਆਂ ਤੁਹਾਨੂੰ। ਉਹ ਕਿੱਥੇ ਰੇਸ ਦਿੱਤੀ, ਮੈਂ ਹਾਲੇ ਵਿੱਚ ਬਹਿ ਕੇ ਹਾਲੇ ਕੀਤਾ, ਗਰਮ ਹੋਈ ਪਈ, ਪਾਣੀ ਨਹੀਂ ਚੇਂਜ ਕੀਤਾ ਹੋਣਾ, ਪਾਣੀ ਉਹਦਾ ਰੋਜ਼ ਚੇਂਜ ਹੁੰਦਾ, ਤੇ ਫਿਰ ਕਿਉਂ ਗਰਮ ਹੋਈ ਏ? ਪੁੱਛੋ ਤੇ ਕਰੋ, ਗੱਡੀ ਤੇਰੀ ਏ, ਗੱਡੀ ਪੁੱਛ, ਮਕਸਦ ਕੀ? ਮੈਂ 35 ਕਰੋੜ ਦੀ ਗੱਡੀ ਲਈ ਏ, ਤੇ ਕੀ ਫਾਇਦਾ? ਤੇ ਤੂੰ ਗਰਮ ਕਰਤੀ, ਹੋਈ ਪਈ, ਕਿਉਂ ਹੋਈ ਏ? ਗਰਮ ਵਜ੍ਹਾ ਨਹੀਂ ਹੋਏਗੀ, ਮੈਂ ਉਹਦੇ ਕੋਲ ਸਰਵਿਸ ਸਟੇਸ਼ਨ ਵਾਲੇ ਕੋਲ ਲੈ ਕੇ ਗਿਆ, ਅੱਛਾ, ਉਹਨੇ ਜੱਕ ਲਾ ਕੇ ਤਾਹ ਕੀਤਾ, ਅੱਛਾ, ਮੈਂ ਥੱਲੋਂ ਵੇਖਿਆ, ਹਾਂ ਗਰਮ ਹੋਈ ਪਈ, ਮੈਂ ਤੇਰੇ ਮੂੰਹ ਤੇ ਚਪੇੜ ਮਾਰਨੀ, ਗਰਮ ਹੋਈ ਏ, ਗਰਮ ਹੋਈ ਏ, ਗੱਡੀ ਏ ਮੇਰੀ ਫੋਰ ਵੀਲਰ, ਉਹਦਾ ਬੇੜਾ ਗਰਮ ਕਰ ਦੇਗਾ, ਕਿਉਂ ਗਰਮ ਹੋਈ ਏ? ਮੈਨੂੰ ਕੀ ਪਤਾ, ਕਾਹਦਾ ਡਰਾਈਵਰ ਏ ਤੂੰ? ਪੁੱਛੋ ਦਾ ਮੈਨੂੰ ਨੀ ਪਤਾ, ਆ ਚੁੱਪ ਕਰਦੇ, ਉਹਦੇ ਆ ਮੁੰਡੇ ਆ, ਯਾਰ ਤੇਰੀ ਮਿਹਰਬਾਨੀ, ਸੁਣਿਆ ਵੀਡੀਓ ਬਣ ਰਹੀ ਏ, ਤੈਨੂੰ ਅੱਲਾ ਦਾ ਵਾਸਤਾ ਹੀ, ਤੂੰ ਵੀਡੀਓ ਤੋਂ ਵੀ ਪਿੱਛੇ ਬੈਠਾ ਭੌਂਕੀ ਜਾ ਰਹੇ, ਜਾਣ ਉਹਨਾਂ ਇੱਥੇ ਬੈਠਾ ਹੋਵੇ, ਸਾਨੂੰ ਸਮਝ ਵੀ ਆਵੇ, ਤੇਰੀ ਮਿਹਰਬਾਨੀ, ਜਿੰਨੀ ਦੂਰ ਤੂੰ ਬੈਠਾ ਇੰਨੀ ਦੂਰ ਫੌਤਗੀ ਤੇ ਬੰਦਾ ਨੀ ਬੁਲਾਈਦਾ, ਲੇਟ ਹੋ ਜਾਵੇ, ਤੈਨੂੰ ਨਹੀਂ ਨਾ ਯਕੀਨ, ਮਰੇਗਾ ਮੈਂ ਤੈਨੂੰ ਬੁਲਾਉਣਾ ਹੀ ਨਹੀਂ, ਮੈਂ ਗੱਡੀ ਕਿਉਂ ਗਰਮ ਕੀਤੀ ਤੂੰ, ਵਜਾ, ਉਹਨੂੰ ਸਮਝਾਓ ਗੱਡੀ ਨੂੰ, ਗੱਡੀ ਤੁਹਾਡੀ ਠੀਕ ਨਹੀਂ ਹੈਗੀ, ਗੱਡੀ ਦੇ ਕੰਨਾਂ 'ਚ ਗੱਲਾਂ ਕਰਾਂ, ਕੀ ਕਰਾਂ ਗੱਡੀ ਨੂੰ ਮੈਂ? ਉਹ ਪਰਸੋਂ ਮੈਂ ਪੀਸੀ ਆਰਡਰ ਨੂੰ ਭੇਜਿਆ ਤੁਸੀਂ ਮੈਨੂੰ, ਆਹੋ, ਮੈਂ ਗੱਡੀ ਨੂੰ ਥੱਲੇ ਖਾਰ ਕੇ ਪਾਰਕਿੰਗ 'ਚ, ਅੱਛਾ, ਉੱਤੇ ਸਾਹਬ ਜੀ ਨਾਲ ਗਿਆ, ਅੱਛਾ, ਵਾਪਸ ਆਇਆ ਗੱਡੀ ਆਈ ਨਹੀਂ ਸੀ, ਕਿੱਥੇ ਸੀ ਗੱਡੀ, ਕਿੱਥੇ ਗਈ? ਮੈਂ ਹੋਟਲ ਦੇ ਸਾਰੇ ਕਮਰੇ ਫੋਲ ਮਾਰੇ, ਕਿਸੇ ਕਮਰੇ 'ਚ ਤੁਹਾਡੀ ਗੱਡੀ ਨਿਕਲੀ ਨਹੀਂ, ਕਮਰੇ 'ਚ ਗੱਡੀ ਕੀ ਲੈਣ ਗਈ? ਮੈਂ ਪਾਰਕਿੰਗ ਚੈੱਕ ਕੀਤੀ, ਬੇਸਮੈਂਟ ਵਾਲੀ ਪਾਰਕਿੰਗ ਚੈੱਕ ਕੀਤੀ, ਨਹੀਂ ਨਜ਼ਰ ਆਈ, ਫੇਰ ਮੈਂ ਵੇਖਿਆ ਸਵੀਮਿੰਗ ਪੂਲ ਤੇ ਪਠਾਣਾ ਦੇ ਟਰਾਲੇ ਨਾਲ ਨਹਾਉਂਦੇ ਹੀ ਸੀ, ਆ ਤੇ ਇਹਨਾਂ ਨਹਾਉਣ ਤੋਂ ਬਾਅਦ ਵੀ ਗਰਮ ਹੋਈ ਪਈ? ਓਏ ਮੈਂ ਤੇਰੀ ਜਾਨ ਕੱਢ ਦਿਆਂਗਾ, ਇਹ ਹੋਈ ਪਈ ਏ, ਗੱਡੀ ਦਾ ਬੇੜਾ ਗਰਕ ਹੋਇਆ, ਮੈਂ ਤੇਰੇ ਹੱਥ ਪੈਸੇ ਕੱਟਾਂਗਾ, ਓਕੇ, ਤੇ ਮੈਂ ਮਕੈਨਿਕ ਕੋਲ ਲੈ ਕੇ ਗਿਆ, ਉਹਨੇ ਅੱਜ ਕਰਕੇ ਚੈੱਕ ਲਾ ਕੇ ਤਾਂ ਕੀਤਾ, ਅੱਛਾ, ਮੈਂ ਥੱਲੋਂ ਵੇਖਿਆ ਕਤਰਾ ਕਤਰਾ ਪਾਣੀ ਡਿੱਗਦੇ ਆ, ਗਰਮ ਹੋਈ ਪਈ, ਥੱਲੋਂ ਪਾਣੀ ਚੋ ਰਿਹਾ, ਹਾਂ ਤੂੰ ਥੱਲੋਂ ਮਾਰੀ ਹੋਣੀ, ਉਹ ਲੀਕ ਹੋ ਗਈ, ਤੂੰ ਫੁੱਟਪਾਥ ਤੋਂ ਵੀ ਲੰਘਾ ਦੇਣਾ, ਜੰਬ ਤੋਂ ਵੀ ਤੇਜ਼ ਲੰਘਾਉਣਾ, ਥੱਲੋਂ ਵੱਜੀ ਏ, ਲੀਕ ਹੋ ਗਈ, ਉਹ ਨਹੀਂ ਨਹੀਂ ਰੇਡੀਏਟਰ ਦਾ ਪਾਣੀ ਸੀ, ਵੈਸੇ ਹੋਰ ਗੱਲਾਂ ਨਹੀਂ ਗੱਲਾਂ, ਹਾਂ ਤੁਹਾਡੀ ਗੱਡੀ ਨੂੰ ਪਹਿਲਾਂ ਗੇਅਰ ਲਾਇਆ ਥੱਲੋਂ ਨਿਕਲੀ, ਤੂੰ ਛੱਤ ਬਹਿ ਕੇ ਗੇਅਰ ਲਾਇਆ ਥੱਲੋਂ ਨਿਕਲ ਗਈ, ਮੈਨੇ ਵਿੱਚ ਬਹਿ ਕੇ ਲਾਇਆ, ਤੇ ਫਿਰ ਕਿਵੇਂ ਨਿਕਲ ਗਈ ਥੱਲੋਂ? ਜਦੋਂ ਵਿੱਚ ਬਹਿ ਕੇ ਲਾਈਏ ਫਿਰ ਨਿਕਲ ਜਾਂਦੀ, ਗਰਮ ਹੋਈ ਪਈ, ਮੈਨੂੰ ਪਤਾ ਗਰਮ ਹੋਈ ਹੈ, ਕੀ ਹੋਇਆ, ਕੀ ਗੱਡੀ ਦਾ ਕੀ ਬੇੜਾ ਗਰਕ ਕੀਤਾ? ਮਕੈਨਿਕ ਨੇ ਮੈਨੂੰ ਕਿਹਾ ਤੂੰ ਜ਼ਰਾ ਰੋਡ ਤੇ ਲੈ ਕੇ ਨਿਕਲ, ਅੱਛਾ, ਮੈਂ ਅੱਜ ਕਰਕੇ ਰੋਡ ਤੇ ਲੈ ਕੇ ਨਿਕਲਿਆ, ਮੈਂ ਪਹੁੰਚਿਆ ਭਗਵਾਨਪੁਰ, ਧਰਮਪੁਰੇ, ਹਰਮੰਦਪੁਰੇ, ਵਸਨਪੁਰੇ, ਡਗਨਪੁਰੇ, ਮਖਣਪੁਰੇ, ਲਾਰੀਏ ਦੇ ਰਾਵੀਪੁਰ, ਛਤਰਾ ਮੋਡ, ਐਮਕੋ ਬਡਾਲੀ, ਕਿਲਾ, ਸਰਸ਼ਾ, ਬਾਗ ਦਾ ਪੁੱਟੀਆਂ, ਜੰਗਲਾ, ਮੁਸਲਿਮ ਕੋਟ, ਆਸ਼ਮਲ, ਪਤੰਗ, ਚੀਤਾ, ਬਦਰੀ, ਲਾਕਸੂਰ, ਫੈਸਲਾ, ਬਾਲੇ, ਕਾ, ਚੰਗੁਜਰਾਤ, ਪਿੰਡੀ, ਪਟਕਾ, ਫਰੀਦਕਾਬਾਦ, ਸਹਿਵਾਲ, ਕਾਰੇਵਾਲ, ਮੁਲਤਾਨ, ਸਿਆਲਕੋਟ, ਗੁਜਰਾਲ, ਗੁਜਰਾਤ, ਸਾਡੇ ਚਾਰ ਦੇ ਬਲ ਲਿਆ ਕੇ ਖਿਲਾਰੀਏ, ਗਰਮ ਹੋਈ ਪਈ, ਉਥੀ ਦਾ ਮੁਦਰਾ ਪੂਰਾ ਲਾਗਾ ਫਰਾ ਤੇ ਸ਼ੁਗਰ ਦੇ ਟਾਇਰ ਨਹੀਂ ਪਾੜ ਗਏ, ਆ ਪਰਸੋਂ ਦਾ ਮੈਂ ਡੈਸ਼ਬੋਰਡ ਖੋਲਿਆ, ਅੱਛਾ, ਵਿੱਚ 1 ਟੂ 5 ਦੀਆਂ ਤਸਵੀਰਾਂ ਨਿਕਲੀ ਆ, ਇਹ ਗੱਡੀ ਦੀ ਗੱਲ ਕਰ ਰਹੀ ਹੈ, ਗੱਡੀ ਤੇ ਚੁੰਨੀ ਦੇ ਕੇ ਲਾਇਆ ਹੈ, ਪਤਾ ਨਹੀਂ ਗੱਲ, ਚੱਲ ਚੁੱਕ ਚਾਪ ਵੀ ਗੱਡੀ ਚੈੱਕ ਕਰਾ ਕੇ ਆ, ਹੀਰਾ ਮੰਡੀ ਲੈ ਕੇ ਜਾ ਉਹਨੂੰ, ਹਾਂ ਉੱਥੋਂ ਲਿਆਂਦੀ ਸੀ, ਆ ਮੈਂ ਤੇਰੇ ਥੱਪੜ ਮਾਰਨਾ, ਉੱਥੇ ਮੇਰਾ ਦੋਸਤ ਹੈ ਮਕੈਨਿਕ, ਅੱਛਾ, ਉਹਨੂੰ ਚੈੱਕ ਕਰਾਣੀ, ਫੜ ਚਾਪੀ, ਫੜਨੇ ਆ ਤੁਹਾਡੀ, ਵੈਸੇ ਇੱਕ ਚੀਜ਼ ਹੈਗੀ, ਕੀ? ਗੱਡੀ ਦੀਆਂ ਹੈਡਲਾਈਟਾਂ, ਵਾ ਵਾ, ਅਕਲ ਹੀ ਨੀ ਗਰੀਬਾਂ ਨੂੰ, ਗੱਡੀ ਚਲਾਉਣੀ ਕਿਵੇਂ?
ਚੱਲ ਛੱਡ ਦੇ ਪਰਦਾ ਮੈਨੂੰ ਕਹੀ ਜਾਂਦੇ ਉਹਨੂੰ ਸਮਝਾ ਕਿਨੂੰ ਜਿਹੜੀ ਗਰਮ ਹੋਈ ਪਈ ਕਿਸੇ ਤਰੀਕੇ ਨਾਲ ਲੈ ਜਾ ਅੱਬਾ ਜੀ ਡਰਾਈਵਰ ਆ ਗਿਆ ਚਲੋ ਨਿਕਲੋ ਤੁਸੀਂ ਕਿਤੇ ਡਰਾਈਵਰ ਲੱਗ ਕੇ ਇੱਥੇ ਮੈਂ ਪਛਤਾਨਿਆ ਬੰਦੇ ਪਾਣੀ ਤੇ ਚੱਲਦੇ ਵੇਖੇ ਜਿਹਨਾਂ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਉਹ ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਤੇ ਪੱਥਰ ਗਲਦੇ ਵੇਖੇ ਮੇਰੇ ਕਹਿਣ ਦਾ ਮਕਸਦ ਭਾਏ ਨੇ ਮੈਂ ਪ੍ਰੋਡਿਊਸਰ ਆ ਤੇ ਫਿਲਮਾਂ ਬਣਾਉਣਾ ਆਪਣੇ ਜਾਤੀ ਪੈਸੇ ਲਾ ਕੇ ਅੱਛਾ ਮੇਰੇ ਕਹਿਣ ਦਾ ਮਕਸਦ ਮੈਂ ਆਇਆ ਭਾਈ ਜਾਨ ਮੈਨੂੰ ਪਤਾ ਚੱਲਿਆ ਪ੍ਰੋਡਿਊਸਰ ਤੇ ਡਾਇਰੈਕਟਰ ਮਿਲ ਕੇ ਇੱਕ ਫਿਲਮ ਬਣਾਉਂਦੇ ਨੇ ਡਾਇਰੈਕਟਰ ਦਾ ਘਰ ਦਾ ਪੁੱਛਦਾ ਪੁੱਛਦਾ ਮੈਂ ਇੱਥੇ ਆ ਗਿਆ ਹਾਂਜੀ ਤੇ ਆਇਆ ਵਾ ਤੇ ਮੈਨੂੰ ਸਹੀ ਤਰ੍ਹਾਂ ਪਤਾ ਨੀ ਚੱਲਣ ਦਿਆ ਕਿ ਡਾਇਰੈਕਟਰ ਦਾ ਘਰ ਕਿਹੜਾ ਤੁਸੀਂ ਜਰਾ ਪਤਾ ਸਹੀ ਵੇਖ ਲਵੋ ਪਹਿਲੇ ਵੇਖ ਲਵੋ ਫਿਰ ਮੈਂ ਤੁਹਾਨੂੰ ਦੱਸਣਾ ਕਿ ਇੱਥੋਂ ਦਾ ਹੀ ਹੈ ਪਤਾ ਬਸ ਕਰੋ ਅੱਲਾ ਮਾਫ਼ੀ ਦੇਵੇ ਕੀ ਹੋ ਗਿਆ ਇਹ ਵੇਖ ਲਵੋ ਠੀਕ ਹੈ ਇਹਦਾ ਧਿਆਨ ਨਾ ਸੁਣਨਾ ਕਿ ਪਤਾ ਇੱਥੋਂ ਦਾ ਹੀ ਹੈ ਗਲੀ ਜਲੀਲਾਂ ਦੀ ਮਹੱਲਾ ਵਾ ਜਾਂ ਤਾਂ ਘਰ ਬਗੈਰ ਤਾਂ ਬੂਹਾ ਬਰੇਕਾਂ ਦਾ ਵੇਰਾ ਧਰੇਕਾਂ ਦਾ ਤੱਪਰ ਛੇਕਾਂ ਦਾ ਆਉਣਾ ਜਾਣਾ ਬੱਟਾਂ ਰਹੀਆਂ ਮਲਕਾ ਪਠਾਣਾ ਤੇ ਸ਼ੇਖਾਂ ਦਾ ਇਹ ਹੀ ਹੈ ਮੈਂ ਸਮਝਿਆ ਨੀ ਤੁਸੀਂ ਕਿਉਂ ਨੀ ਸਮਝੇ ਸਾਰੀਆਂ ਗੱਲਾਂ ਤੁਹਾਨੂੰ ਸਮਝ ਆਉਂਦੀਆਂ ਲੇਕਿਨ ਗਲੀ ਦਲੀਲਾਂ ਦੀ ਮਹੱਲਾ ਵਾ ਜਾਂ ਤਾਂ ਘਰ ਬਗੈਰ ਤਾਂ ਬੂਹਾ ਬਰੇਕਾਂ ਦਾ ਵੇਰਾ ਧਰੇਕਾਂ ਦਾ ਤੱਪਰ ਛੇਕਾਂ ਦਾ ਆਉਣਾ ਜਾਣਾ ਬੱਟਾਂ ਰਹੀਆਂ ਮਲਕਾ ਪਠਾਣਾ ਤੇ ਸ਼ੇਖਾਂ ਦਾ ਇਹ ਹੀ ਸਮਝ ਨੀ ਹੈ ਕਿਉਂ ਨੀ ਤੁਹਾਨੂੰ ਸਮਝ ਆਉਂਦੀ ਪੜ੍ਹੇ ਲਿਖੇ ਨੀ ਹੈਗੇ ਉਹ ਗਲੀ ਦਲੀਲਾਂ ਦੀ ਮਹੱਲਾ ਵਾ ਜਾਂ ਤਾਂ ਘਰ ਬਗੈਰ ਤਾਂ ਬੂਹਾ ਬਰੇਕਾਂ ਦਾ ਵੇਰਾ ਧਰੇਕਾਂ ਦਾ ਤੱਪਰ ਛੇਕਾਂ ਦਾ ਆਉਣਾ ਜਾਣਾ ਬੱਟਾਂ ਰਹੀਆਂ ਮਲਕਾ ਪਠਾਣਾ ਤੇ ਸ਼ੇਖਾਂ ਦਾ ਇਹ ਹੀ ਹੈ ਕੀ ਕਿਹਾ ਯਾਰ ਤੈਨੂੰ ਕੀ ਕੰਮ ਤੇਰੇ ਸਮਝ ਨਹੀਂ ਆਉਂਦੇ ਤੈਨੂੰ ਯਾਰ ਮੈਂ ਨਹੀਂ ਡਾਇਰੈਕਟਰ ਸਾਹਿਬ ਦਾ ਘਰ ਹੈ ਇੰਜ ਪੁੱਛਣਾ ਜਦੋਂ ਪੈਸਾ ਹੋਵੇ ਤੇ ਸੱਜਣ ਦੁਸ਼ਮਣ ਨਾਲ ਨਾਲ ਹੀ ਹੁੰਦੇ ਮੈਂ ਇੰਜ ਕਰਕੇ ਪੈਦਲ ਪੈਦਲ ਆ ਰਿਹਾ ਮੈਂ ਡਾਇਰੈਕਟਰ ਸਾਹਿਬ ਦਾ ਘਰ ਪੁੱਛਦਾ ਪੁੱਛਦਾ ਮੈਨੂੰ ਇੰਜ ਲੱਗਾ ਮੇਰੇ ਪਿੱਛੇ ਕੋਈ ਦੁਸ਼ਮਣ ਹੈ ਅੱਛਾ ਮੈਂ ਕਿਹਾ ਕੋਈ ਗੱਲ ਨੀ ਏਡੀ ਕਿਹੜੀ ਗੱਲ ਹੈਗੀ ਹੈ ਮੈਂ ਆਪਣੇ ਧਿਆਨ ਜਾ ਰਿਹਾ ਮੈਂ ਕਿਹਾ ਵੇਖਾਂ ਤੇ ਮੇਰਾ ਦੁਸ਼ਮਣ ਕੌਣ ਹੈ ਮੇਰੇ ਪਿੱਛੇ ਪਿੱਛੇ ਕੋਈ ਆ ਰਿਹਾ ਕਰ ਲਿੱਤੀ ਇੰਜ ਕਰਕੇ ਮੈਂ ਪਿੱਛੇ ਤੇ ਮੇਰੇ ਪਿੱਛੇ ਇੱਕ ਕੁੱਤਾ ਕੋਈ ਗੱਲ ਨੀ ਇਹਨੇ ਕੀ ਮੈਨੂੰ ਕਹਿਣਾ ਮੈਂ ਆਪਣੇ ਧਿਆਨ ਜਾ ਹੀ ਜਾ ਰਿਹਾ ਮੈਂ ਕਿਹਾ ਆਪਣੇ ਧਿਆਨ ਜਾਏਗਾ ਲੇਕਿਨ ਨਹੀਂ ਕੁੱਤਾ ਵੀ ਕਿਸੇ ਕੁੱਤੀ ਨਸਲਦਾ ਸੀ ਮੇਰੇ ਪਿੱਛੇ ਪਿੱਛੇ ਮੈਨੂੰ ਚੜਿਆ ਗੁੱਸਾ ਮੈਂ ਪੁਰਸ਼ਾਂ ਦੀ ਵੜ ਦਿੱਤੀ ਮੈਂ ਨਹੀਂ ਮੰਨਦਾ ਚੈੱਕ ਕਰ ਲੈ
ਨਹੀਂ ਲੈ ਗਈ ਜੇ ਪ੍ਰੋਡਿਊਸਰ ਜੇ ਯਾਰ ਬਸ ਮਿਹਰਬਾਨੀ ਕੋਈ ਤਕਲਫ ਨਹੀਂ ਤਕਲਫ ਕਰਾਂਗੇ ਹਾਂਜੀ ਹਾਲਾਤ ਹੋਣੀ ਰਹੇ ਨਹੀਂ ਰਹੇ 32,000 ਦਾ ਕੁੱਤਾ ਰਿਆ 32,000 ਚੰਗੜਾ ਦਾ 300 ਚ ਦੇਤਾ ਚੰਗੜਾ ਨੂੰ ਉਹ ਕਿਉਂ ਜੀ ਬਰਾਬਰ ਪੈਣ ਲੱਗ ਪਿਆ ਇਸ ਗੱਲੋਂ ਨੀ ਸੀ ਵਿੱਚ ਬਰਾਬਰ ਪੈਂਦਾ ਸੀ ਕਿਉਂ ਸਾਲਾ ਗੱਲ ਬੜੀ ਸਮਝਦਾ ਸੀ ਬੜੀ ਦੇਰ ਬਾਅਦ ਏਡਾ ਸਮਝਦਾਰ ਕੁੱਤਾ ਲੱਭਾ ਸੀ ਇੱਧਰ ਆਓ ਨਾ ਨਾ ਐਡਾ ਮਹਿੰਗਾ ਕੁੱਤਾ ਤੁਸੀਂ ਲਿੱਤਾ ਹੈ ਹਾਂਜੀ ਘਰ ਲਈ ਹਾਂ ਕਿਉਂ ਐਡਾ ਮਹਿੰਗਾ ਕੁੱਤਾ ਲਿੱਤਾ ਹਾਲਾਂਕਿ ਤੁਸੀਂ ਵੀ ਘਰ ਹੀ ਹੁੰਦੇ ਹੋ ਤੇਰੇ ਵਰਗੇ ਕੁੱਤੇ ਪਿੰਡਾਂ 'ਚ ਹੁੰਦੇ ਨੇ ਚੋਰੀ ਹੋਣ ਤੋਂ ਬਾਅਦ ਕਿਤੇ ਜਾ ਕੇ ਭੌਂਕਦੇ ਨੇ ਚੱਲ ਹਾਓ